ਬੇੜਾ ਕੀਤਾ ਮੱਖਣ ਦਾ ਪਾਰ ਗੁਰਾਂ ਨੇ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਰ। ਗੁਰਦੇਵ ਦੇ ਚਰਨਾਂ ਦੇ ਵਿੱਚ ਜਿਹੜੇ ਅਰਦਾਸ ਕਰਦੇ ਨੇ, ਜਿਹੜੇ ਕਹਿ ਦਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਬਗੈਰ ਕੋਈ ਨਹੀਂ ਤਾਰ ਸਕਦਾ, ਸੱਚੇ ਪਾਤਸ਼ਾਹ ਅੱਜ ਵੀ ਤਾਰਦੇ ਨੇ, ਪ੍ਰਤੱਖ ਬੇੜੇ ਡੁੱਬਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਬਗਦਾਦ ਦੇ ਵਿੱਚ ਕਿੰਨੇ ਸਾਲਾਂ ਦਾ ਡੁੱਬਿਆ ਬੇੜਾ ਤਾਰਿਆ ਸੀ ਮਾਈ ਰੂੜੀ ਦੇ ਪੁੱਤਰ ਦਾ, ਪਰਿਵਾਰ ਦੇ ਸਣੇ, ਜੰਜ ਦੇ ਸਣੇ, ਕਿੰਨੇ ਚਿਰ ਪਿੱਛੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਹਰ ਲੈ ਆਂਦਾ ਤੇ ਨਵੇਂ ਗੁਰਦੇਵ ਦੇ ਚਰਨਾਂ ਦੇ ਵਿੱਚ ਭਾਈ ਮੱਖਣ ਸ਼ਾਹ ਲਵਾਣੇ ਨੇ ਅਰਦਾਸ ਕੀਤੀ। ਗੁਰਦੇਵ ਨੇ ਬੇੜਾ ਤਾਰਿਆ, ਮੋਢਾ ਲਾ ਕੇ, ਕਿੱਲ ਖੁੱਭ ਗਏ ਮੋਢੇ ਦੇ ਵਿੱਚ, ਸੱਚੇ ਪਾਤਸ਼ਾਹ ਨੇ ਆਪਣੀ ਅਗੰਮੀ ਸ਼ਕਤੀ ਦੇ ਨਾਲ ਪਹੁੰਚ ਕੇ ਆਪਣੇ ਪਿਆਰੇ ਦੇ ਸਹਾਈ ਹੋ ਕੇ ਸਹਾਇਤਾ ਕੀਤੀ। ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਤਾਂ ਤਾਰਦੇ ਨੇ, ਪਰ ਅਸੀਂ ਅਰਦਾਸ ਨਹੀਂ ਕਰਦੇ ਕਿਤੇ ਮੱਖਣ ਸ਼ਾਹ ਲਵਾਣੇ ਵਾਂਗ, ਜਿਹੜੇ ਅੱਜ ਵੀ ਅਰਦਾਸ ਕਰਦੇ ਨੇ। ਆਪਾਂ ਪੜ੍ਹਦੇ ਹਾਂ, ਮੈਗਜ਼ੀਨ ਛਪੇ, ਅੰਗਰੇਜ਼ੀ ਦੇ ਵਿੱਚ ਵੀ ਸਟੋਰੀਆਂ ਛਪੀਆਂ ਏ ਕਿ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੇ ਆ ਗਏ, ਸਾਰੇ ਆਸਰੇ ਮੁੱਕ ਗਏ ਸਨ, ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਕਈਆਂ ਦੀ ਨਿਗਾਹ ਲਾਈਟ ਵਾਪਸ ਆਈ, ਕਈਆਂ ਦੇ ਕੈਂਸਰ ਵਰਗੇ ਰੋਗ ਅੱਜ ਵੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰੋਂ ਕੱਟੇ ਜਾਂਦੇ ਹਨ। ਪਰ ਸਾਰਿਆਂ ਦੇ ਕਿਉਂ ਨਹੀਂ ਕੱਟੇ ਜਾਂਦੇ? ਤਰਕ ਕਰਨ ਵਾਲੇ ਕਹਿੰਦੇ ਜੀ ਫਿਰ ਸਾਰੇ ਕੈਂਸਰ ਵਾਲੇ ਉੱਥੇ ਲੈ ਜਾਈਏ। ਸਾਰਿਆਂ ਦੀ ਭਾਵਨਾ ਨਹੀਂ ਨਾ ਉਹ ਬਣਦੀ, ਜਿਹਨਾਂ ਦੀ ਭਾਵਨਾ ਬਣਦੀ ਹੈ ਵੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡੇ ਤੋਂ ਬਗੈਰ ਸਾਡਾ ਵੈਦ ਡਾਕਟਰ ਹਕੀਮ ਹੋਰ ਹੈ ਹੀ ਕੋਈ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਦਰ ਤੇ ਆ ਗਏ ਹਾਂ, ਰੱਖ ਲਓ ਤੇ ਭਾਵੇਂ ਮਾਰ ਦਿਓ। ਸੱਚੇ ਪਾਤਸ਼ਾਹ ਅੱਜ ਵੀ ਪ੍ਰਗਟ ਹਨ, ਗੁਰੂ ਸਾਹਿਬ ਸਦਾ ਹਾਜ਼ਰ ਨਾਜ਼ਰ ਹਨ ਹਜ਼ੂਰ, ਅੱਜ ਵੀ ਉਹ ਕਿਰਪਾ ਕਰਦੇ ਹਨ। ਸਾਧ ਸੰਗਤ, ਬੇੜੇ ਦੇ ਡੁੱਬ ਜਾਣ ਦੇ ਕੁਝ ਕਾਰਨ ਹੁੰਦੇ ਨੇ, ਸੋ ਪ੍ਰਤੱਖ ਬੇੜੇ ਡੁੱਬਦੇ ਨੇ, ਨੁਕਸਾਨ ਹੁੰਦਾ ਹੈ, ਪਰ ਵਿਰਲੇ ਡੁੱਬਦੇ ਹਨ। ਮਨੁੱਖਾ ਜਨਮ ਦੇ ਬੇੜੇ ਆਮ ਹੀ ਡੁੱਬ ਜਾਂਦੇ ਹਨ, ਕੋਈ ਕੋਈ ਤਰਦਾ ਹੈ, ਬੇੜੇ ਦੇ ਡੁੱਬਣ ਦੇ ਕਾਰਨ ਬਣਦੇ ਨੇ, ਸਮੁੰਦਰ ਦੇ ਵਿੱਚ ਤੂਫਾਨ ਆ ਜਾਣਾ, ਸੁਨਾਮੀ ਆ ਜਾਣੀ, ਜਾਂ ਮਲਾਹ ਦਾ ਅਣਜਾਣ ਹੋਣਾ, ਬੇੜੇ ਦੇ ਵਿੱਚ ਛੇਦ ਹੋਣੇ, ਜ਼ਰਜ਼ਰਾ ਹੋਣਾ ਤੇ ਪਾਣੀ ਭਰ ਜਾਣਾ, ਇਸੇ ਤਰ੍ਹਾਂ ਮਨੁੱਖਾ ਜਨਮ ਦੇ ਬੇੜੇ ਦੇ ਡੁੱਬਣ ਦੇ ਵੀ ਇਹੀ ਕਾਰਨ ਬਣਦੇ ਨੇ। ਮਲਾਹ ਮਨ ਨੂੰ ਬਣਾ ਲਿਆ ਤੇ ਮਨ ਬੜਾ ਅਣਜਾਣ ਮਲਾਹ ਹੈ, ਜੇ ਗੁਰੂ ਸਾਹਿਬ ਨੂੰ ਬਣਾਇਆ ਹੁੰਦਾ, ਗੁਰੂ ਦੇ ਸ਼ਬਦ ਦਾ ਤੁਲਾ ਲਾਇਆ ਹੁੰਦਾ ਤੇ ਇਹ ਬੇੜਾ ਪਾਰ ਹੋ ਜਾਂਦਾ, ਪਰ ਮਨ ਮਲਾਹ ਇਸ ਬੇੜੇ ਨੂੰ ਡੂੰਘੇ ਔਰ ਸੁਨਾਮੀ ਵਾਲੀਆਂ ਲਹਿਰਾਂ ਦੇ ਵਿੱਚ ਲੈ ਕੇ ਜਾਂਦਾ ਹੈ। ਇਹ ਜ਼ਰਜ਼ਰਾ ਹੈ, ਜਿਵੇਂ ਬੇੜੇ ਦੇ ਵਿੱਚ ਛੇਕ ਹੋਣ ਤੇ ਪਾਣੀ ਭਰ ਜਾਂਦਾ ਹੈ, ਫਿਰ ਬੇੜੇ ਦੇ ਡੁੱਬ ਜਾਣ ਦੇ ਕਾਰਨ ਹੋਰ ਵੀ ਵੱਧ ਜਾਂਦੇ ਹਨ। ਇਸ ਮਨੁੱਖਾ ਸਰੀਰ ਰੂਪੀ ਬੇੜੇ ਦੇ ਵਿੱਚ ਵੀ ਬਹੁਤ ਛੇਦ ਹਨ ਔਰ ਵਿਸ਼ਿਆਂ ਵਿਕਾਰਾਂ ਦਾ ਪਾਣੀ ਇਹਦੇ ਅੰਦਰ ਪ੍ਰਵੇਸ਼ ਹੋ ਰਿਹਾ ਹੈ, ਕੰਨ ਦੇ ਛੇਦਾਂ ਰਾਹੀਂ, ਨੱਕ ਦੇ ਰਾਹੀਂ, ਸੁਗੰਧੀ ਗੰਧ ਦਾ, ਇਸੇ ਤਰ੍ਹਾਂ ਪਰਾਈ ਨਿੰਦਾ ਸੁਣਨ ਦਾ, ਪਰਾਇਆ ਵੇਖਣ ਦਾ ਕੰਨਾਂ ਦੇ ਛੇਦਾਂ ਰਾਹੀਂ, ਸੋ ਇੰਦਰੀਆਂ ਰਾਹੀਂ ਵਿਸ਼ੇ ਵਿਕਾਰਾਂ ਦਾ ਜਲ ਇਹਦੇ ਵਿੱਚ ਪ੍ਰਵੇਸ਼ ਹੋ ਰਿਹਾ ਹੈ। ਸਾਧ ਸੰਗਤ, ਇਸ ਬੇੜੇ ਦੇ ਤਰਨ ਦੀ ਵੀ ਕੋਈ ਆਸ ਨਹੀਂ ਇਸ ਤਰ੍ਹਾਂ ਕੀਤੀ ਜਾ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਗੁਰਦੇਵ ਜਦੋਂ ਭਾਈ ਮੱਖਣ ਸ਼ਾਹ ਲਬਾਣੇ ਵਾਂਗ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਮਹਾਰਾਜ ਦੀਨ ਦਇਆਲ ਭਰੋਸੇ ਤੇਰਾ,
ਸਭ ਪਰਿਵਾਰ ਚੜਾਇਆ ਬੇੜੇ, ਕਿਰਪਾ ਕਰੋ ਮਹਾਰਾਜ ਇਸ ਬੇੜੇ ਨੂੰ ਪਾਰ ਕਰ ਦਿਓ। ਫਿਰ ਗੁਰਦੇਵ ਸੱਚੇ ਪਾਤਸ਼ਾਹ ਹਾਜ਼ਰ ਹਜ਼ੂਰ ਮੱਖਣ ਸ਼ਾਹ ਲਵਾਣੇ ਦੇ ਵਾਂਗ ਬੇੜੇ ਨੂੰ ਪਾਰ ਕਰਦੇ ਨੇ। ਬੇੜਾ ਪਾਰ ਹੋਇਆ, ਮੁਨਾਫਾ ਖੱਟ ਕੇ ਵਾਪਸ ਪਰਤਿਆ ਤੇ ਪਤਾ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੋਇਆ। ਬਾਬਾ ਬਕਾਲੇ ਚਲਿਆ ਗਿਆ 500 ਮੋਹਰਾਂ ਦੀ ਭੇਟ ਲੈ ਕੇ ਤੇ ਇੱਥੇ ਆ ਕੇ ਇੱਕ ਗੁਰੂ ਦੀ ਜਗ੍ਹਾ ਇੱਕ ਬਾਬੇ ਦੀ ਜਗ੍ਹਾ ਕਿੰਨੇ ਬਾਬੇ ਬੈਠੇ ਵੇਖਦਾ ਹੈ। ਆਓ ਵੇਖੀਏ ਕਿਵੇਂ ਮੱਖਣ ਸ਼ਾਹ ਲਵਾਣੇ ਨੂੰ ਭਰਮ ਭੁਲੇਖੇ ਦੇ ਵਿੱਚ ਪਾਇਆ ਜਾ ਰਿਹਾ ਤਥਾ ਸਾਰੀ ਹੀ ਸੰਗਤ ਨੂੰ ਭਰਮ ਭੁਲੇਖੇ ਦੇ ਵਿੱਚ ਪਾਇਆ ਜਾ ਰਿਹਾ। ਸਾਰੇ ਆਵਾਜ਼ਾਂ ਮਾਰ ਰਹੇ ਕਿ ਸਾਡੇ ਵੱਲੇ ਆ ਜਾਓ, ਮਸੰਦ ਰੱਖੇ ਹੋਏ, ਜਿਹਦੇ ਵੱਲੇ ਮਸੰਦ ਜ਼ਿਆਦੇ ਉਹਦੀ ਮਸ਼ਹੂਰੀ ਜ਼ਿਆਦੀ, ਉਹਦੇ ਕੋਲੇ ਮਾਇਆ ਜ਼ਿਆਦੀ, ਸਾਡੇ ਗੁਰੂ ਦੇ ਵਿੱਚ ਜ਼ਿਆਦੀ ਵਡਿਆਈ ਹੈ। ਬਾਬਾ ਸ਼ਬਦ ਸਾਡੇ ਗੁਰੂ ਵਾਸਤੇ ਵਰਤਿਆ ਹੈ, ਸਾਰੇ ਧੀਰ ਮੰਨੀਏ। ਆਓ ਵੇਖੀਏ ਉੱਥੇ ਇਹਦੇ ਨਾਲ ਹੋਰ ਵੀ ਇਹਦਾ ਭਾਈਚਾਰਾ ਸਾਰਾ ਜੋ ਕੁਝ ਮੱਖਣ ਸ਼ਾਹ ਲਬਾਣੇ ਨੇ ਬਾਬੇ ਬਕਾਲੇ ਜਾ ਕੇ ਵੇਖਿਆ, ਸੁਣੀਏ। ਸ਼ਰਧਾ ਧਾਰ ਕੇ ਮੱਖਣ ਸਾ ਚੱਲ ਪਿਆ ਸੀ ਵੱਲ ਨਗਰ ਬਕਾਲੇ ਦੇ ਜਾਈ ਜਾਵੇ, ਬਾਬਾ ਵਿੱਚ ਬਕਾਲੇ ਦੇ ਵੱਸਦਾ ਹੈ, ਸੁਣ ਕੇ ਬਚਨ ਇਹ ਸ਼ਰਧਾ ਵਧਾਈ ਜਾਵੇ। ਆ ਕੇ ਪਹੁੰਚ ਕੇ ਅੱਖਾਂ ਦੇ ਨਾਲ ਵੇਖੇ, ਵੇਖ ਵੇਖ ਕੇ ਸ਼ਾਹ ਬਿਸਮਾਈ ਜਾਵੇ, ਲਾ ਕੇ ਮੰਜੀਆਂ ਸੋਟੀ ਕਈ ਬੈਠ ਗਏ ਸੀ, ਹਰ ਕੋਈ ਆਪੇ ਨੂੰ ਗੁਰੂ ਕਹਾਈ ਜਾਵੇ। ਆਓ ਛੱਡ ਆਇਆ ਕਰਤਾਰਪੁਰ ਧੀਰ ਮੱਲ ਵੀ, ਇੱਥੇ ਆਏ ਕੇ ਤਾਂਕ ਜਮਾਈ ਜਾਵੇ, ਮੁਖੀ ਬਣਿਆ ਉਹ ਸੋਡੀਆਂ ਵਿੱਚ ਬਹੁਤਾ, ਪੇਖੀ ਭੇਖ ਵਿੱਚ ਲੋਕ ਵਸਾਈ ਜਾਵੇ। ਲਾ ਕੇ ਗੱਦੀ ਸੀ ਬੈਠੀ ਆ ਗੁਰੂ ਬਣ ਕੇ, ਅੱਖਾਂ ਮੀਟ ਪਰ ਵਚਨ ਸੁਣਾਈ ਜਾਵੇ, ਪਿੱਛੇ ਲਾ ਲਿਆ ਅਕਲ ਦੇ ਅੰਨਿਆਂ ਨੂੰ, ਮੱਥਾ ਉਹਨਾਂ ਦੇ ਕੋਲੋਂ ਟਿਕਵਾਈ ਜਾਵੇ। ਓ ਸੀਏ ਜੇ ਮਸੰਦ ਕਈ ਕੋਲ ਇਹਦੇ, ਹੋਰ ਆਉਣ ਜੋ ਨਾਲ ਰਲਾਈ ਜਾਵੇ, ਮੋਟੀ ਭੇਟਾ ਜੋ ਆਮਦੀ ਆਪ ਰੱਖੇ, ਬਾਕੀ ਵਿੱਚ ਮਸੰਦਾਂ ਵੰਡਾਈ ਜਾਵੇ। ਮੱਖਣ ਸ਼ਾਹ ਸੋਚੇ ਸੱਚਾ ਗੁਰੂ ਕਿਹੜਾ, ਲੱਭਣ ਵਾਸਤੇ ਵਿਉਂਤ ਬਣਾਈ ਜਾਵੇ, ਕੁਝ ਪਲ ਸੋਚ ਕੇ ਮੋਹਰਾਂ ਦੀ ਖੋਲ ਥੈਲੀ, ਪੰਜ ਪੰਜ ਰੱਖ ਕੇ ਗੁਰੂ ਅਜਮਾਈ ਜਾਵੇ। ਆ ਸਾਰੇ ਵੇਖ ਕੇ ਮੋਹਰਾਂ ਆਸੀਸ ਦਿੰਦੇ, ਆਸੀਸ ਦਿੰਦੇ, ਸਾਰੇ ਵੇਖ ਕੇ ਮੋਹਰਾਂ ਆਸੀਸ ਦਿੰਦੇ, ਮੱਖਣ ਅੱਗੇ ਨੂੰ ਕਦਮ ਲੰਘਾਈ ਜਾਵੇ। ਚਿੱਤ ਠਹਿਰਦਾ ਨਾ, ਕਦਮ ਅਟਕਦੇ ਨਾ, ਮਨ ਦੇ ਵਿੱਚ ਉਦਾਸੀ ਜਿਹੀ ਛਾਈ ਜਾਵੇ। ਲੈ ਕੇ ਪੰਜ ਮੋਹਰਾਂ ਜਿਹੜੇ ਖੁਸ਼ੀ ਕਰਦੇ, ਨਾਲੋ ਨਾਲ ਹੀ ਮਨੋਂ ਭੁਲਾਈ ਜਾਵੇ, ਸੋਚੇ ਸੱਚਾ ਜੇ ਹੋਵੇ ਕੋਈ ਗੁਰੂ ਇੱਥੇ, ਮੇਰੇ ਚਿੱਤ ਦੀ ਆਸ ਪੁਗਾਈ ਜਾਵੇ। ਆਹ ਮੰਗੇ 500 ਮੋਹਰੀ ਉਹ ਆਪ ਮੁੱਖਾਂ, ਉਹਦੀ ਸੰਗਤ ਵਿੱਚ ਕੀਤੀ ਵਡਿਆਈ ਜਾਵੇ, ਉਹਦੇ ਚਰਨਾਂ ਦੇ ਉੱਤੇ ਮੈਂ ਸੀਸ ਰੱਖਾਂ, ਮੰਗੇ ਮਨਤ ਨੂੰ ਜਿਹੜਾ ਮਨਾਈ ਜਾਵੇ। ਇੰਨੀ ਸੋਚ ਕੇ ਮੱਖਣ ਸ਼ਾਹ ਧਿਆਨ ਦਰਦਾ, ਮਿਲਾ ਗੁਰਾਂ ਨੂੰ ਹੰਸੀਆਂ ਪਾਈ ਜਾਵੇ, ਰੱਖ ਰੱਖ ਕੇ ਮੋਹਰਾਂ ਤੇ ਤੁਰੀ ਜਾਵੇ, ਸੋਚ ਆਪਣੀ ਨਾਲੇ ਦੁੜਾਈ ਜਾਵੇ। ਆ ਬਣੇ ਗੁਰੂ ਅਖੋਤੀ ਸਭ ਖਤਮ ਹੋਏ, ਪੰਜ ਰਹਿ ਗਈਆਂ ਮੋਹਰਾਂ ਖੜਕਾਈ ਜਾਵੇ, ਹੋਰ ਕਹਿ ਕੌਣ ਹੈ ਗੁਰੂ ਤੇ ਰਹੇ ਕਿੱਥੇ,
ਕਿੰਨਾ ਬੁਲਾਈ ਜਾਵੇ। ਓ ਮਾਤਾ ਗੁਜਰੀ ਜੀ ਬੂਹੇ ਤੇ ਦੇਣ ਪੈਰਾ, ਮਾਤਾ ਨਾਨਕੀ ਸਾਥ ਨਿਭਾਈ ਜਾਵੇ। ਇਸੇ ਤਰ੍ਹਾਂ ਹੀ ਬੈਠਾ ਕਈ ਸਾਲਾਂ ਤੋਂ ਹੈ, ਬੈਠਾ ਅੰਦਰ ਹੀ ਸਮਾਂ ਬਤਾਈ ਜਾਵੇ। ਸੁਣ ਕੇ ਮੱਖਣ ਸ਼ਾਹ ਭੋਰੇ ਦੇ ਵੱਲ ਤੁਰਿਆ, ਤੁਰਦਾ ਆਖਰੀ ਆਸ ਟਿਕਾਈ ਜਾਵੇ। ਸੁਣਿਓ ਅੱਗੇ ਇਤਿਹਾਸ ਗੁਰਜੰਟ ਸਿੰਘ ਤੋਂ, ਨਵਾਂ ਪਾਤਸ਼ਾਹ ਕਿਵੇਂ ਲਿਖਵਾਈ ਜਾਵੇ, ਨਵਾਂ ਪਾਤਸ਼ਾਹ ਕਿਵੇਂ ਲਿਖਵਾਈ ਜਾਵੇ। ਗੁਰਦੇਵ ਆਪਣੇ ਪਿਆਰਿਆਂ ਨੂੰ ਸੋਝੀ ਬਖਸ਼ ਦਿੰਦੇ। ਜਦੋਂ ਐਸਾ ਹਾਲ ਵੇਖਿਆ ਵੀ ਸਾਰੇ ਗੁਰੂ ਬਣ ਕੇ ਬੈਠੇ ਨੇ, ਗੱਦੀਆਂ ਲਾ ਕੇ ਬੈਠੇ ਨੇ, ਵਿਚਾਰ ਆਈ ਕਿ ਗੁਰੂ ਸਾਹਿਬ ਤਾਂ ਅੰਤਰ ਜਾਮੀ ਹਨ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਤੇ ਮੈਂ ਜੋ ਅਰਦਾਸ ਕੀਤੀ ਸੀ ਉਹ 500 ਮੋਹਰ ਦੀ ਕੀਤੀ ਸੀ। ਪੰਜ ਪੰਜ ਮੋਹਰਾਂ ਰੱਖ ਕੇ ਮੱਥਾ ਟੇਕਦਾ ਹਾਂ, ਜਿਹੜਾ ਪੂਰਨ ਗੁਰੂ ਹੋਵੇਗਾ ਉਹਨੂੰ ਤਾਂ ਪਤਾ ਹੋਵੇਗਾ ਕਿ 500 ਸੁਖੀਆਂ ਸੀ, ਤੇ ਜਿਹੜੇ ਕੱਚੇ ਹੋਏ ਉਹ 5 ਲੈ ਕੇ ਖੁਸ਼ ਹੋ ਜਾਣਗੇ। 5 ਮੋਹਰਾਂ ਰੱਖੀਆਂ ਤੇ ਉਸ ਸਮੇਂ ਦੇ ਅੰਦਰ ਉਹ ਬਹੁਤ ਵੱਡੀ ਭੇਟਾ ਸੀ 5 ਮੋਹਰਾਂ ਦੀ, ਜਿਹਦੇ ਅੱਗੇ ਵੀ ਰੱਖਦਾ ਵੱਡੀਆਂ ਵੱਡੀਆਂ ਅਸੀਸਾਂ ਦਿੰਦੇ, ਥਾਪੜੇ ਦਿੰਦੇ, ਪਰ ਉਹਦੇ ਮਨ ਦੇ ਵਿੱਚ ਖੁਸ਼ੀ ਨਾ ਆਉਂਦੀ। ਅੱਗੇ ਲੰਘੀ ਜਾਂਦਾ ਹੈ, ਮੋਹਰਾਂ ਧਰ ਧਰ ਕੇ ਅੱਗੇ ਲੰਘੀ ਜਾਂਦਾ ਹੈ। ਕੇਵਲ 5 ਮੋਹਰਾਂ ਰਹਿ ਗਈਆਂ, ਗੁਰੂ ਸਾਰੇ ਹੀ ਸਮਾਪਤ ਹੋ ਗਏ ਤੇ ਮਨ ਨੂੰ ਪ੍ਰਭਾਸ ਨਾ ਆਇਆ। ਗੁਰੂ ਤਾਂ ਉਹ ਹੈ ਨਾ ਜਿਹਦੇ ਦਰਸ਼ਨ ਕੀਤਿਆਂ ਮਨ ਆਨੰਦਿਤ ਹੋ ਜਾਏ, ਜਿਹਦੇ ਮਿਲਿਆ ਮਨ ਨੂੰ ਪ੍ਰਭਾਸ ਆ ਜਾਵੇ, ਸ਼ਾਂਤੀ ਆ ਜਾਵੇ। ਪਰ ਸ਼ਾਂਤੀ ਨਾ ਆਈ, ਤਸੱਲੀ ਨਾ ਆਈ। ਆਖਿਰ ਪੁੱਛਦਾ ਹੈ ਸਾਰੇ ਪਿੰਡ ਦੇ ਲੋਕਾਂ ਤੋਂ ਕਿ ਉਹ ਹੋਰ ਵੀ ਇਸ ਤਰ੍ਹਾਂ ਦਾ ਗੁਰੂ ਹੈ, ਕੋਈ ਹੋਰ ਵੀ ਬੈਠਾ ਹੈ ਇਸ ਤਰ੍ਹਾਂ ਗੱਦੀ ਲਾ ਕੇ। ਇੱਕ ਸਿਆਣੇ ਨੇ ਆਖਿਆ ਕਿ ਗੱਦੀ ਲਾ ਕੇ ਨਹੀਂ ਬੈਠਾ, ਉਹਦਾ ਅੰਦਰ ਬੈਠਾ ਹੈ। ਤੇ ਲੋਕ ਪਿੰਡ ਦੇ ਉਹਨੂੰ ਤੇਗਾ ਤੇਗਾ ਕਹਿੰਦੇ ਨੇ, 22 ਵਰਿਆਂ ਤੋਂ ਅੰਦਰ ਹੀ ਬੈਠਾ ਹੈ, ਕਦੇ ਕਦੇ ਨਿਕਲਦਾ ਹੈ ਆਪਣੀ ਮੌਜ ਦੇ ਵਿੱਚ ਤੇ ਫਿਰ ਉੱਥੇ ਜਾ ਕੇ ਭਜਨ ਬਾਣੀ ਦੇ ਵਿੱਚ ਲੀਨ ਹੋ ਕੇ ਬੈਠ ਜਾਂਦਾ ਹੈ। ਮਨ ਦੇ ਵਿੱਚ ਮਾਂ ਉੱਠਿਆ, ਮਨ ਦੇ ਵਿੱਚ ਭਰੋਸਾ ਉੱਠਿਆ, ਮਨ ਦੇ ਵਿੱਚ ਆਸ ਜਾਗੀ ਤੇ ਚਲਿਆ ਗਿਆ। ਸਾਧ ਸੰਗਤ ਦੇ ਭਾਈ ਮੇਹਰੂ ਜੀ ਦਾ ਘਰ ਸੀ, 5ਵੇਂ ਪਾਤਸ਼ਾਹ ਦੇ ਵੇਲੇ ਦਾ ਸਿੱਖ ਸੀ। ਕਦੇ ਮਹਾਰਾਜ ਨੂੰ ਚਰਨ ਪਾਉਣ ਵਾਸਤੇ ਇਹਨੇ ਬੇਨਤੀ ਕੀਤੀ ਸੀ। ਗੁਰਦੇਵ ਨੇ ਇਕਰਾਰ ਕੀਤਾ ਸੀ ਕੋਈ ਸਮਾਂ ਆਵੇਗਾ, ਅਸੀਂ ਲੰਮਾ ਸਮਾਂ ਤੇਰੇ ਘਰ ਦੇ ਵਿੱਚ ਰਹਾਂਗੇ। ਮਹਾਰਾਜ ਸੱਚੇ ਪਾਤਸ਼ਾਹ ਉਹ ਬਚਨ ਪਾਲ ਰਹੇ ਸਨ। ਗੁਰਦੇਵ ਦੇ ਦੁਆਰੇ ਤੇ ਪਹੁੰਚਿਆ ਤੇ ਮਾਤਾ ਜੀ ਪਹਿਰਾ ਦੇ ਰਹੇ ਸਨ, ਮਾਤਾ ਗੁਜਰੀ ਸਾਹਿਬ ਜੀ, ਇਸੇ ਤਰ੍ਹਾਂ ਮਾਤਾ ਨਾਨਕੀ ਸਾਹਿਬ ਜੀ ਵੀ ਇੱਥੇ ਸੁਭਾਏਮਾਨ। ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਨਾਨਕੇ ਨਗਰ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛਣ ਵਾਸਤੇ ਮਾਤਾ ਜੀ ਆਏ। ਪਹਿਲਾਂ ਉਹਨੂੰ ਇਹ ਆਖਿਆ ਕਿ ਆਗਿਆ ਨਹੀਂ ਹੈ ਕਿ ਕੋਈ ਅੱਗੇ ਜਾਵੇ। ਇੱਕ ਵਾਰੀ ਬੇਨਤੀ ਕੀਤੀ, ਮਹਾਰਾਜ ਅੰਤਰਜਾਮੀ ਨੇ, ਜਾਣਦੇ ਨੇ, ਮੈਨੂੰ ਨਹੀਂ ਮਨਾ ਕਰਨਗੇ, ਤੁਸੀਂ ਇੱਕ ਵਾਰੀ ਪੁੱਛ ਕੇ ਤਾਂ ਆਓ। ਮਾਤਾ ਜੀ ਆਏ ਤੇ ਸਵਾਮੀ ਜੀ ਸਤਿਗੁਰੂ ਜੀ ਕਹਿਣ ਲੱਗੇ, ਆਉਣ ਦਿਓ ਅੱਗੇ ਉਸਨੂੰ। ਅੱਗੇ ਆਇਆ, ਨੂਰੀ ਚਿਹਰਾ ਤੱਕਿਆ, ਦਗ ਦਗ ਕਰਦਾ, ਨਾਮ ਸਿਮਰਨ ਦੇ ਰਸ ਦੇ ਵਿੱਚ ਭਿੱਜਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ 5 ਮੋਹਰਾਂ ਰੱਖ ਕੇ ਮੱਥਾ ਟੇਕਿਆ ਤੇ ਗੁਰਦੇਵ ਨੇ ਆਪਣਾ ਬਾਣਾ ਮੋਢੇ ਤੋਂ ਢਾ ਦਿੱਤਾ। ਮੱਖਣਾ, ਅਜੇ ਤਾਂ ਸਾਡੇ ਇਹ ਜ਼ਖਮ ਨਹੀਂ ਰਾਜੀ ਹੋਏ, ਜਦੋਂ ਮੋਢਾ ਲਾਇਆ ਤੇ ਕਿੱਲ ਖੋਹ ਗਿਆ ਸੀ, ਅਜੇ ਨਿਸ਼ਾਨ ਉਸੇ ਤਰ੍ਹਾਂ ਭਾਸ ਰਹੇ ਨੇ, ਜ਼ਖਮ ਉਸੇ ਤਰ੍ਹਾਂ ਭਾਸ ਰਹੇ ਨੇ, ਤੇ ਤੂੰ ਮੁਣਕਰ ਵੀ ਹੋ ਗਿਆ ਹੈ। ਸਾਧ ਸੰਗਤ ਨੇਤਰਾਂ ਦੇ ਵਿੱਚ ਨੀਰ ਵਹਿ ਤੁਰਿਆ, ਦੌੜਨ ਲੱਗਾ ਬਾਹਰ ਨੂੰ, ਮਹਾਰਾਜ ਨੇ ਗੁੱਟ ਤੋਂ ਪਕੜ ਲਿਆ। ਮੱਖਣਾ, ਮੂੰਹ ਕਾਲਾ ਹੋਵੇਗਾ ਜੇ ਸਾਨੂੰ ਪ੍ਰਗਟ ਕਰੇਗਾ ਤਾਂ।
ਗੁਰਦੇਵ ਸੱਚੇ ਪਾਤਸ਼ਾਹ ਜੇ ਮੇਰਾ ਮੂੰਹ ਕਾਲਾ ਵੀ ਹੋ ਜਾਵੇ ਤੁਸੀਂ ਪ੍ਰਗਟ ਹੋ ਜਾਓ। ਗੁਰੂ ਦੀਆਂ ਸੰਗਤਾਂ ਜਿਹੜੀਆਂ ਭੁਲੇਖੇ ਦੇ ਵਿੱਚ ਪੈ ਰਹੀਆਂ ਹਨ, ਜਿਹੜੀਆਂ ਖੱਜਲ ਖੁਆਰ ਹੋ ਰਹੀਆਂ ਹਨ, ਜੇ ਉਹਨਾਂ ਸੰਗਤਾਂ ਨੂੰ ਪੂਰਨ ਗੁਰੂ ਮੇਰੇ ਮੂੰਹ ਕਾਲਾ ਹੁੰਦੇ ਨਾਲ ਲੱਭ ਜਾਵੇ ਤੇ ਇਹ ਸੌਦਾ ਸਸਤਾ ਹੀ ਹੈ, ਮਹਿੰਗਾ ਨਹੀਂ ਹੈ। ਸਾਧ ਸੰਗਤ ਦੌੜਿਆ ਚੜ ਗਿਆ ਕੋਠੇ ਦੇ ਉੱਪਰ, ਆਪਣੇ ਚਿਹਰੇ ਤੇ ਆਪ ਹੀ ਕਾਲਖ ਮਲ ਲਈ ਤੇ ਖੁਸ਼ੀ ਦੇ ਵਿੱਚ ਖੀਵਾ ਹੋਇਆ। ਪੂਰਨ ਗੁਰੂ ਨੂੰ ਬਾਬਾ ਮੱਖਣ ਸ਼ਾਹ ਲਬਾਣਾ ਬਾਬਾ ਬਕਾਲਾ ਸਾਹਿਬ ਵਿਖੇ ਇੰਜ ਪ੍ਰਗਟ ਕਰ ਰਿਹਾ ਹੈ। ਹੋਏ ਪੂਰੇ ਗੁਰ ਦੇ ਦਰਸ਼ਨ ਜੀ, ਚਰਨਾਂ ਨੂੰ ਲੱਗਾ ਪਰਸਣ ਜੀ, ਮੱਖਣ ਦੇ ਨੇਤਰ ਵਰਸਣ ਜੀ, ਦਿਲ ਅੰਦਰੋਂ ਪਰਮ ਗਵਾ ਬੈਠਾ। ਜਿਸ ਗੁਰੂ ਨੂੰ ਫਿਰਦਾ ਲੱਭਦਾ ਸੀ, ਉਸ ਗੁਰੂ ਦੇ ਕੋਲੇ, ਉਸ ਗੁਰੂ ਦੇ ਕੋਲੇ ਆ ਬੈਠਾ। ਜਦ ਬੋਲੇ ਅੰਦਰ ਵੜ ਗਿਆ ਜੀ, ਉਹਦਾ ਚਿੱਤ ਦੌੜਦਾ ਖੜ ਗਿਆ ਜੀ, ਚੱਟ ਕੋਠੇ ਉੱਤੇ ਚੜ ਗਿਆ ਜੀ, ਪੱਲਾ ਫੇਰੇ ਸੁਣ ਲੋ ਸਾਧੋ ਰੇ, ਮੱਖਣ ਸ਼ਾਹ ਹੋਕਾ ਦੇਣ ਲੱਗਾ, ਗੁਰ ਲਾਦੋ ਸੱਚਾ, ਗੁਰ ਲਾਦੋ ਰੇ, ਗੁਰ ਲਾਦੋ ਰੇ। ਓ ਗੁਰੂ ਅਗੰਮੀ ਸ਼ਕਤੀ ਹੈ, ਓ ਗੁਰੂ ਅਗੰਮੀ ਸ਼ਕਤੀ ਹੈ, ਨਾ ਸਮਝੇ ਕੋਈ ਵਿਅਕਤੀ ਹੈ, ਨਾਮ ਉਸ ਦਾ ਨਿਸ ਦਿਨ ਵਿਅਕਤੀ ਹੈ, ਖਲਕਤ ਦਿਸਦੀ ਸਾਰੀ ਜੋ, ਪਵਜਲ ਵਿੱਚ ਕਦੇ ਨਾ ਡੁੱਬਦਾ ਹੈ, ਉਸ ਨਾਲ ਲਾ ਲਵੇ, ਉਸ ਨਾਲ ਲਾ ਲਵੇ ਯਾਰੀ ਜੋ। ਦਿਨ ਰਾਤ ਪ੍ਰਭੂ ਨੂੰ ਗਾਉਣ ਵਾਲਾ, ਨਾ ਕਦੇ ਵੀ ਭੇਖ ਦਿਖਾਉਣ ਵਾਲਾ, ਡੁੱਬਦਿਆਂ ਨੂੰ ਪਾਰ ਲਗਾਉਣ ਵਾਲਾ ਹੈ, ਅਪਰੇ ਅਪਾਰੇ ਅਗਾਧੋ ਰੇ, ਮੱਖਣ ਸ਼ਾਹ ਹੋਕਾ ਦੇਣ ਲੱਗਾ, ਗੁਰ ਲਾਦੋ ਸੱਚਾ, ਗੁਰ ਲਾਦੋ ਰੇ, ਗੁਰ ਲਾਦੋ ਰੇ। ਆ ਕਰ ਨਾ ਭਲਾਈ ਟਲਦਾ, ਨਾ ਉਹ ਨਾ ਕਿਸੇ ਦੇ ਰਲਦਾ, ਨਾ ਤ੍ਰਿਸ਼ਨਾ ਦੀ ਅੱਗ ਵਿੱਚ ਜਲਦਾ, ਨਾ ਪਿਆਰਿਆਂ ਨੂੰ ਸਦਾ ਬਚਾਉਂਦਾ ਹੈ, ਜੋ ਉਸ ਦੀਆਂ ਤਾਰੇ ਓਟਾਂ ਨੂੰ ਦੁੱਖ ਦਰਦ ਨਿਕਟ ਵੀ, ਦੁੱਖ ਦਰਦ ਨਿਕਟ ਨਾ ਆਉਂਦਾ ਹੈ। ਮੱਖਣ ਸ਼ਾਹ ਹੋਕਾ ਦੇਣ ਲੱਗਾ, ਗੁਰ ਲਾਦੋ ਸੱਚਾ, ਗੁਰ ਲਾਦੋ ਰੇ, ਗੁਰ ਲਾਦੋ ਰੇ। ਆਓ ਜੋ ਦਰਸ਼ਨ ਕਰ ਲੈ ਤਰ ਜਾਵੇ, ਰਸ ਅੰਦਰ ਹਿਰਦੇ ਭਰ ਜਾਵੇ, ਸਭ ਕਾਰਜ ਉਸ ਦਾ ਸਰ ਜਾਵੇ, ਜੋ ਸ਼ਰਧਾ ਲੈ ਕੇ ਆਉਂਦੇ ਨੇ, ਸਭ ਆ ਜੋ ਇੱਧਰ ਆ ਜਾਵੋ, ਗੁਰ ਕੱਚੇ, ਗੁਰ ਕੱਚੇ ਕਈ ਪਰਮ ਆਉਂਦੇ ਨੇ। ਮੱਖਣ ਸ਼ਾਹ ਹੋਕਾ ਦੇਣ ਲੱਗਾ, ਗੁਰ ਲਾਦੋ ਸੱਚਾ, ਗੁਰ ਲਾਦੋ ਰੇ, ਗੁਰ ਲਾਦੋ ਰੇ। ਸੱਚ ਦਾ ਸੂਰਜ ਚੜਿਆ ਤੇ ਜਿਹੜੇ ਤਾਰਿਆਂ ਵਰਗੇ ਬੈਠੇ ਹੋਏ ਸੀ ਗੱਦੀਆਂ ਲਾ ਕੇ, ਸਭ ਛਿਪ ਗਏ, ਸਾਰਿਆਂ ਦਾ ਪ੍ਰਤਾਪ ਫਿੱਕਾ ਪੈ ਗਿਆ। ਗੁਰੂ ਦੀਆਂ ਸੰਗਤਾਂ ਨੂੰ ਪੂਰਨ ਗੁਰੂ ਲੱਭ ਗਿਆ, ਬਾਬਾ ਬਕਾਲਾ ਸਾਹਿਬ ਦੇ ਅੰਦਰ ਖੁਸ਼ੀਆਂ ਹੋਈਆਂ। ਇਹ ਸੀ ਨਾਵੇਂ ਪਾਤਸ਼ਾਹ ਦੇ ਪ੍ਰਗਟ ਹੋਣ ਦਾ ਪ੍ਰਸੰਗ। ਸੋ ਵਿਚਾਰਾਂ ਬੇਨਤੀਆਂ ਕਰਦਿਆਂ, ਅਨੇਕ ਗਲਤੀਆਂ ਭੁੱਲਾਂ ਹੋ ਗਈਆਂ, ਅਣਜਾਣ ਸਮਝ ਕੇ ਮਾਫ ਕਰਨਾ, ਪੂਰਨ ਗੁਰੂ ਦੀ ਭਾਲ ਤੋਂ ਬਗੈਰ, ਪੂਰਨ ਗੁਰੂ ਦੇ ਲੱਭੇ ਜਾਣ ਤੋਂ ਬਗੈਰ ਮਨੁੱਖ ਭਟਕਦਾ ਹੈ।
ਜਦੋਂ ਪੂਰਨ ਗੁਰੂ ਲੱਭ ਜਾਂਦਾ ਹੈ ਤੇ ਉਦੋਂ ਆਨੰਦ ਪ੍ਰਾਪਤ ਹੁੰਦਾ ਹੈ, ਉਦੋਂ ਖੁਸ਼ੀ ਪ੍ਰਾਪਤ ਹੁੰਦੀ ਹੈ। ਔਰ ਪੂਰਨ ਗੁਰੂ ਹੀ ਡੁੱਬਦਿਆਂ ਬੇੜਿਆਂ ਨੂੰ ਤਾਰ ਸਕਦਾ ਹੈ। ਤੋ ਆਪਾਂ ਵੀ ਗੁਰੂ ਦੇ ਬੇੜੇ ਦੇ ਵਿੱਚ ਚੜੀਏ। ਗੁਰੂ ਦੇ ਬੇੜੇ ਵਿੱਚ ਚੜਨ ਤੋਂ ਭਾਵ ਹੈ ਗੁਰੂ ਦਾ ਹੁਕਮ ਮੰਨਣਾ, ਤੇ ਗੁਰੂ ਦਾ ਹੁਕਮ ਆਪਣੇ ਪ੍ਰਤੀ ਹੈ, ਪੀਵੋ ਪੌਣ ਖੰਡੇ ਤਾਰ ਹੋਏ ਜਨਮ ਸਹਿਲਾ। ਜਿਹੜੇ ਵੀਰਾਂ ਨੇ ਭੈਣਾਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਛਕਿਆ, ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਸਥਾਨਾਂ ਤੇ ਅੰਮ੍ਰਿਤ ਸੰਚਾਰ ਹੋਵੇਗਾ 23 ਤਰੀਕ ਵਾਲੇ ਦਿਨ। ਤੋ ਆਪਣੇ ਆਪਣੇ ਨਾਮ ਲਿਖਵਾਈਏ, ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਜੀ ਦੇ ਨਾਦੀ ਪੁੱਤਰ ਤੇ ਧੀਆਂ ਬਣ ਕੇ ਇਹ ਸੰਸਾਰ ਦੇ ਅੰਦਰ ਆਪਣੇ ਲੋਕ ਨੂੰ ਸੁਖੀ ਅਤੇ ਪਰਲੋਕ ਨੂੰ ਸਹੇਲਾ ਬਣਾਈਏ। ਤੋ ਸਾਧ ਸੰਗਤ ਇਸੇ ਤਰ੍ਹਾਂ ਹੀ ਇਸੇ ਲੜੀ ਦੇ ਅੰਦਰ ਆਪਾਂ ਰਾਤਰੀ ਦੇ ਦੀਵਾਨ ਦੇ ਅੰਦਰ ਇਸ ਤੋਂ ਅੱਗੇ ਕੀ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਤਾਪ ਜਿਵੇਂ ਵਧਿਆ ਤੇ ਉਸ ਵਧੇ ਪ੍ਰਤਾਪ ਨੂੰ ਵੇਖ ਕੇ ਜੋ ਵਿਰੋਧੀਆਂ ਨੇ ਕੀਤਾ ਉਹ ਆਪ ਸੰਗਤਾਂ ਦੇ ਨਾਲ ਰਾਤਰੀ ਦੇ ਪ੍ਰਸੰਗ ਦੇ ਅੰਦਰ ਇਸ ਤੋਂ ਅੱਗੇ ਲੜੀ ਨੂੰ ਜੋੜਿਆ ਜਾਵੇਗਾ। ਹੋਈਆਂ ਭੁੱਲਾਂ ਦੀ ਖਿਮਾ, ਸਿੰਘ ਸਜੋ ਅੰਮ੍ਰਿਤ ਛਕੋ। ਬਹੁਤ ਬਹੁਤ ਧੰਨਵਾਦ ਦਮਦਮੀ ਟਕਸਾਲ ਦੇ ਸਾਰੇ ਗੁਰਮੁਖ ਪਿਆਰੇ ਸਤਿਕਾਰਯੋਗ ਭਾਈ ਸਾਹਿਬ ਭਾਈ ਜੋਗਾ ਸਿੰਘ ਸਾਹਿਬ ਜੀ ਜੋ ਸ਼ੈਪਟਨ ਤੋਂ ਪਹੁੰਚੇ ਨੇ ਖਾਲਸਾ ਛਾਉਣੀ ਦਮਦਮੀ ਟਕਸਾਲ ਦੇ ਬੜਾਵਾਂ ਸਥਾਨਾਂ ਤੋਂ, ਸਾਡੇ ਸਤਿਕਾਰਯੋਗ ਗਿਆਨੀ ਜੀ ਗਿਆਨੀ ਅਮਰੀਕ ਸਿੰਘ ਜੀ ਭੈਣਾਂ ਵਾਲੇ ਜਿਨ੍ਹਾਂ ਦਾ ਅਥਾਹ ਪਿਆਰ ਹੈ ਦਲ ਬਾਬਾ ਵਿਧੀ ਚੰਦ ਸਾਹਿਬ ਦੇ ਨਾਲ, ਦਲ ਪੰਥ ਦੇ 12ਵੇਂ ਜਾਨਸ਼ੀਨ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ। ਸੋ ਆਪ ਸਮੂਹ ਗੁਰੂ ਦੀਆਂ ਸੰਗਤਾਂ ਨੂੰ ਗੁਰਦੇਵ ਦੇ ਆਗਮਨ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਦਿੰਦੇ ਹੋਏ ਖਿਮਾ ਦੇ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਾਈ।